ਜਿਹੜੇ ਭਾਰਤ ਦੇ ਵਿੱਚੋਂ 25-25 30-30 ਲੱਖ ਰੁਪਿਆ ਲਾ ਕੇ ਵਿਦਿਆਰਥੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪੜ੍ਹਨ ਦੇ ਲਈ ਗਏ ਨੇ, ਉਹ ਅੱਜ ਕਿਉਂ ਜੀ ਹਾਲਤ ਦੇ ਵਿੱਚ ਰਹਿ ਰਹੇ ਨੇ? ਉਹਨਾਂ ਦੇ ਮਾਪਿਆਂ ਨੂੰ ਵੀ ਇੱਛਾ ਹੈ ਕਿ ਸਾਡੇ ਬੱਚੇ ਅੱਜ ਕੋਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਕਿਉਂ ਜੀ ਹਾਲਤ ਦੇ ਵਿੱਚ ਨੇ। ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਤੁਸੀਂ ਕੈਨੇਡਾ ਦੇ ਵਿੱਚ ਉਹਨਾਂ ਬੱਚਿਆਂ ਨੂੰ ਨੇੜਿਓਂ ਦੇਖਦੇ ਹੋ, ਤਾਂ ਕੀ ਉਹ ਵਿਦਿਆਰਥੀ ਕਿਹੋ ਜਿਹੀ ਹਾਲਤ 'ਚ ਹੈ, ਕਿਹੋ ਜਿਹਾ ਭਵਿੱਖ ਉਹਨਾਂ ਦਾ ਹੁਣ ਕੈਨੇਡਾ ਦੇ ਵਿੱਚ? ਅਮਰੀਕਾ ਨੇ ਅੱਜ ਇੱਕ ਨੋਟ ਆਪਣੇ ਉਹਨਾਂ ਦੇ ਬਾਰਡਰ ਸਰਵਿਸ ਨੇ ਦੱਸਿਆ ਵੀ ਜਿਹੜੇ ਐਕਸਚੇਂਜ ਵਿਦਿਆਰਥੀ ਨੇ ਜਿਹੜੇ ਪੜ੍ਹਨ ਆਏ ਨੇ ਜਾਂ ਐਕਸਚੇਂਜ ਸਟੂਡੈਂਟਸ ਨੇ ਉਹ 15 ਲੱਖ ਦੇ ਕਰੀਬ ਨੇ 2018 'ਚ, ਜਿਹਦੇ 13 ਲੱਖ ਯੂਨੀਵਰਸਿਟੀ ਦੇ ਵਿੱਚ ਨੇ ਅਤੇ ਬਾਕੀ ਹਾਲੇ ਸਕੂਲਾਂ ਦੇ ਵਿੱਚ ਵੀ ਨੇ ਅਤੇ ਕੁਛ ਕਾਲਜਸ ਦੇ ਵਿੱਚ। ਉਹ ਕਹਿੰਦੇ ਵੀ ਜਿਹੜੇ ਸਪੈਸੀਫਿਕਲੀ ਆਨਲਾਈਨ ਕੋਰਸਿਸ ਦੇ ਵਿੱਚ ਚਲੇ ਗਏ ਐਕਸਚੇਂਜ ਜੋ ਸਟੂਡੈਂਟਸ ਨੇ ਉਹ ਦੇਸ਼ ਛੱਡ ਜਾਓ ਸਾਡਾ, ਦੇਖੋ ਕੀ ਹੁਣ ਬਦਲਾਅ, ਦੇਖੋ ਕੀ ਹੋ ਰਿਹਾ ਅਤੇ ਕੀ ਕਹਾਣੀ ਬਣਨੀ, ਕਿਉਂਕਿ ਕੈਨੇਡਾ ਦਾ ਫਰਕ ਹੈ ਬਹੁਤ। ਅਮਰੀਕਾ ਵਾਲਿਆਂ ਨੇ ਤਾਂ ਕਹਿਤਾ ਵੀ ਸਮਾਨ ਚੱਕ ਲਓ, ਜਿਹੜੇ ਆਨਲਾਈਨ ਪੜ੍ਹਦੇ ਨੇ ਜਿਨ੍ਹਾਂ ਨੇ ਕਾਲਜ ਦੇ ਵਿੱਚ ਜਾਣਾ ਹੀ ਨਹੀਂ ਹੋਣਾ ਅਤੇ ਉਹ ਤੁਸੀਂ ਤਾਂ ਚੱਲੋ ਵਾਪਸ। ਉਹ ਐਕਸਚੇਂਜ ਸਟੂਡੈਂਟਸ ਨੇ ਜਿਹੜੇ ਦੇਸ਼ ਦੇ ਉੱਥੇ ਗਏ ਨੇ ਉੱਥੇ, ਮੋਸਟਲੀ ਇਹਦੇ 'ਚ ਚੀਨ ਨੂੰ ਉਹਨੇ ਟਾਰਗੇਟ ਕੀਤਾ। ਇਸੇ ਤਰ੍ਹਾਂ ਹੁਣ ਜਿਹੜੇ ਸਾਡੇ ਜਵਾਕ ਨੇ ਭਾਰਤ ਤੋਂ ਆਏ ਹੋਏ 4-4.5 ਲੱਖ ਜਵਾਕ ਪਿਛਲੇ ਸਾਲਾਂ 'ਚ ਆਇਆ ਅਤੇ ਯੂਨੀਵਰਸਿਟੀ ਨੇ ਛਿੱਲ ਲਾ ਤੀ ਉਹਨਾਂ ਦੀ ਪੈਸੇ ਲੈਣ ਵਾਲੇ, ਸਰਕਾਰ ਨੇ ਨਲਾਇਕੀ ਕਰਕੇ ਫੰਡਿੰਗ ਰੋਕ ਤੀ ਯੂਨੀਵਰਸਿਟੀਆਂ ਦੀ, ਉਹਨਾਂ ਨੇ ਇਹ ਰਲਤੇ। ਬਹੁਤ ਵੱਡੀ ਗਿਣਤੀ ਆ ਨਵਕਿਆਂ ਨੂੰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਹਲੇ ਪਹਿਲੇ 1-1, 2-2 ਸਾਲ ਤਾਂ ਉਹ ਪ੍ਰੀ ਜਿਹੜਾ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਪ੍ਰੀ ਰੈਕਸ ਨੇ ਉਹਨਾਂ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਜਿਨ੍ਹਾਂ ਦੇ 80% ਤੋਂ ਨੰਬਰ ਘੱਟ ਨੇ, ਉਹਨੂੰ ਸਿੱਧਾ ਡਿਪਲੋਮੇ 'ਚ ਐਡਮਿਸ਼ਨ ਨਹੀਂ ਮਿਲਦਾ। 1-1 ਸਾਲ ਉਹ ਗ੍ਰੇਡ 12 ਤੋਂ ਬਾਅਦ ਸਾਲ ਇਸ ਤਰ੍ਹਾਂ ਹੀ ਪੜ੍ਹੀ ਜਾਂਦੇ ਨੇ, ਫਿਰ ਕਿਤੇ ਨੈਕਸਟ ਉਹ ਕਾਲਜ 'ਚ ਜਾਂਦੇ ਨੇ ਜੇ ਨੰਬਰ ਵੱਧ ਹੋਣ। ਅਤੇ ਉਹਨਾਂ ਦੀਆਂ ਫੀਸਾਂ $30,000-35,000, ਮਤਲਬ 15 ਲੱਖ ਰੁਪਈਆ ਪਹਿਲੇ ਸਾਲ ਉੱਥੋਂ ਆਉਂਦਾ। ਅੱਛਾ, ਫਿਰ ਉਹਨਾਂ ਨੂੰ ਡਿਪਲੋਮਾ ਹੋਣਾ, ਡਿਪਲੋਮੇ ਤੋਂ ਬਾਅਦ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਣਾ ਅਤੇ ਉਹ ਓਪਨ ਵਰਕ ਪਰਮਿਟ ਦੇ ਵਿੱਚ ਜਦ ਤੱਕ ਆਉਣ ਵਾਲੇ 4 ਸਾਲਾਂ ਨੂੰ ਇਮੀਗ੍ਰੇਸ਼ਨ ਦੇ ਰੂਲ ਕੀ ਨੇ, ਨੋਮੀਨੀ ਪ੍ਰੋਗਰਾਮ 'ਚ ਪੁਆਇੰਟ ਕਿੰਨੇ ਨੇ, ਸਕਿੱਲਡ ਵਰਕਰ ਕੈਟੇਗਰੀ 'ਚੋਂ ਆਉਂਦੇ ਨੇ ਫੈਡਰਲੀ ਜਾਂ ਨਹੀਂ, ਹਲੇ ਇਹ ਚੀਜ਼ਾਂ ਬੜੀਆਂ ਹਲੇ ਹਨੇਰੇ 'ਚ ਨੇ। ਅਨਇੰਪਲਾਇਮੈਂਟ ਹੋ ਗਈ ਲੋਕਲ ਕੈਨੇਡੀਅਨ ਬੰਦਿਆਂ ਦੀ, ਉਹਨਾਂ ਨੂੰ ਕਿੱਥੇ ਸੈੱਟ ਕਰਨਾ ਸਰਕਾਰਾਂ ਨੇ, ਬਹੁਤ ਵੱਡਾ ਹੀ ਗੱਲ ਹੈ। 7 ਲੱਖ ਦੇ ਕਰੀਬ ਕੁਵੈਤ ਦੇ ਵਿੱਚੋਂ ਭਾਰਤੀ ਕਿਸੇ ਸਮੇਂ ਵਾਪਸ ਜਾ ਸਕਦੇ ਨੇ, ਅੱਜ ਸਵੇਰ ਦੀ ਮੈਨੂੰ ਖਬਰ ਉੱਥੋਂ ਮਿਲੀ। ਸੋ ਇਹ ਬੜਾ ਭਵਿੱਖ ਧੁੰਦਲਾ ਅਤੇ ਬੱਚੇ ਰੁਕਣੇ ਚਾਹੀਦੇ ਆ, ਹੁਣ ਐਡਮਿਸ਼ਨਾਂ ਹੋਣੀਆਂ ਵੀ ਨਹੀਂ। ਮੈਨੂੰ ਪਹਿਲਾਂ ਵੀ ਇਹ ਬੱਚਿਆਂ ਦਾ ਬੜਾ ਔਖਾ, ਇਮੀਗ੍ਰੇਸ਼ਨ ਹੋਏਗੀ ਜਾਂ ਨਹੀਂ ਰੱਬ ਜਾਣਦਾ, ਆਏ ਸਾਰੇ ਇਮੀਗ੍ਰੇਸ਼ਨ ਲਈ ਨੇ, ਪੜ੍ਹ ਨਹੀਂ ਆਇਆ।